ਨਸ਼ੇ ਦੀ ਹਾਲਤ 'ਚ ਰੇਲਵੇ ਲਾਈਨਾਂ ਤੋਂ ਇੱਕ 18 ਸਾਲ ਦੀ ਲੜਕੀ ਗੰਭੀਰ ਜ਼ਖਮੀ ਰੂਪ ਦੇ ਵਿੱਚ ਪਾਈ ਜਾਂਦੀ ਹੈ। ਉਸਦੀ ਲੱਤਾਂ ਤੋਂ ਟ੍ਰੇਨ ਜੋ ਹੈ ਗੁਜ਼ਰ ਜਾਂਦੀ ਹੈ ਅਤੇ ਜਿਸ ਨਾਲ ਕਿ ਉਸਦੀ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਜਾਂਦੀਆਂ ਨੇ ਅਤੇ ਜ਼ਖਮੀ ਰੂਪ ਦੇ ਵਿੱਚ ਹੀ ਜੋ ਹੈ ਉਹ ਰੇਲਵੇ ਲਾਈਨਾਂ ਤੋਂ ਪਾਈ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਖਬਰ ਰੋਪੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਟੌਫੀ ਦੇਣ ਦੇ ਬਹਾਨੇ ਇੱਕ ਸ਼ਖਸ ਦੇ ਵੱਲੋਂ ਲੜਕੀ ਨੂੰ ਨਸ਼ਾ ਦੇ ਦਿੱਤਾ ਜਾਂਦਾ ਹੈ ਅਤੇ ਫਿਰ ਜਦ ਉਹ ਬੇਸੁੱਧ ਹੋ ਜਾਂਦੀ ਹੈ ਤਾਂ ਉਸਨੂੰ ਰੇਲਵੇ ਦੀਆਂ ਲਾਈਨਾਂ 'ਤੇ ਜਾ ਕੇ ਸੁੱਟ ਦਿੱਤਾ ਜਾਂਦਾ, ਜਿਸ ਤੋਂ ਬਾਅਦ ਜੋ ਟ੍ਰੇਨ ਹੈ ਉਹ ਉਸਦੀ ਲੱਤਾਂ ਤੋਂ ਗੁਜ਼ਰਦੀ ਹੈ ਅਤੇ ਉਸਦੀਆਂ ਜੋ ਲੱਤਾਂ ਨੇ ਉਹ ਬੁਰੀ ਤਰ੍ਹਾਂ ਕੁਚਲੀਆਂ ਜਾਂਦੀਆਂ ਨੇ। ਜਦ ਪਰਿਵਾਰ ਦੇ ਜੀਆਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਭਾਜੜਾਂ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਆਪਣੀ ਬੇਟੀ ਨੂੰ ਹਸਪਤਾਲ ਵਿਖੇ ਲੈ ਕੇ ਜਾਂਦੇ ਨੇ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਜੋ ਫੌਰੀ ਤੌਰ 'ਤੇ ਉਸਦਾ ਇਲਾਜ ਹੈ ਸ਼ੁਰੂ ਕਰ ਦਿੱਤਾ ਜਾਂਦਾ ਅਤੇ ਫਿਰ ਉਸਨੂੰ PGI ਲਈ ਰੈਫਰ ਕਰ ਦਿੱਤਾ ਜਾਂਦਾ। ਪਰਿਵਾਰ ਦੇ ਜੀਆਂ ਦੇ ਮੁਤਾਬਿਕ ਉਹ ਆਪਣੀ ਡਿਊਟੀ 'ਤੇ ਜਾਣ ਲਈ ਨਿਕਲੀ ਸੀ ਅਤੇ ਰਾਹ ਦੇ ਵਿਚਾਲੇ ਹੀ ਉਸਨੂੰ ਕੋਈ ਸ਼ਖਸ ਟੌਫੀ ਦੇ ਦਿੰਦਾ, ਜਦਕਿ ਉਸ ਟੌਫੀ ਦੇ ਵਿੱਚ ਨਸ਼ਾ ਸੀ, ਜਿਸ ਤੋਂ ਬਾਅਦ ਉਹ ਬੇਸੁੱਧ ਹੋ ਜਾਂਦੀ ਹੈ ਅਤੇ ਉਸਨੂੰ ਰੇਲਵੇ ਲਾਈਨਾਂ 'ਤੇ ਸੁੱਟ ਦਿੱਤਾ ਜਾਂਦਾ। ਹਾਲਾਂਕਿ ਜੋ ਪੀੜਿਤ ਹੈ ਉਸਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਕਿਹਨਾਂ ਦੇ ਵੱਲੋਂ ਮੈਨੂੰ ਇਹ ਜੋ ਨਸ਼ਾ ਦਿੱਤਾ ਗਿਆ ਸੀ, ਹਾਲਾਂਕਿ ਨਾ ਹੀ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਿਸ ਸ਼ਖਸ ਦੇ ਵੱਲੋਂ ਜੋ ਹੈ ਉਹ ਨਸ਼ਾ ਦਿੱਤਾ ਗਿਆ। ਹਾਲਾਂਕਿ ਹਾਦਸੇ ਦੇ ਵਿਚਾਲੇ ਲੜਕੀ ਦੀਆਂ ਜੋ ਲੱਤਾਂ ਨੇ ਉਹ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਨੇ। ਡਾਕਟਰਾਂ ਦੇ ਮੁਤਾਬਿਕ ਜੋ ਉਸਦੀ ਇੱਕ ਲੱਤ ਉਹ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਅਤੇ ਉਸਦਾ ਫੌਰੀ ਇਲਾਜ ਕਰਵਾਉਣ ਦੇ ਲਈ ਡਾਕਟਰਾਂ ਦੇ ਵੱਲੋਂ ਉਸਨੂੰ PGI ਲਈ ਰੈਫਰ ਕਰ ਦਿੱਤਾ ਗਿਆ। ਫਿਲਹਾਲ 18 ਸਾਲਾ ਲੜਕੀ ਜ਼ੇਰੇ ਇਲਾਜ ਹੈ ਅਤੇ ਡਾਕਟਰਾਂ ਦਾ ਇਹੀ ਕਹਿਣਾ ਹੈ ਕਿ ਉਸਦੀ ਹਾਲਤ ਹਜੇ ਨਾਜ਼ੁਕ ਬਣੀ ਹੋਈ ਹੈ, ਜਿਸ ਲਈ ਉਸਨੂੰ PGI ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਹਾਲਾਂਕਿ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਜੋ ਨਸ਼ਾ ਉਹਨਾਂ ਦੀ ਬੇਟੀ ਨੂੰ ਦਿੱਤਾ ਗਿਆ ਉਹ ਕਿਸ ਸ਼ਖਸ ਦੇ ਵੱਲੋਂ ਦਿੱਤਾ ਗਿਆ ਸੀ, ਪਰ ਇਲਾਜ ਕਰਵਾਉਣ ਲਈ ਉਹ ਆਪਣੀ ਬੇਟੀ ਨੂੰ ਚੰਡੀਗੜ੍ਹ ਵਿਖੇ ਲੈ ਗਏ ਹਨ। ਕੈਸੇ ਹੋਇਆ ਐਕਸੀਡੈਂਟ, ਕੈਸੇ ਹੋਇਆ? ਮੈਂ ਜਾ ਰਹੀ ਸੀ ਡਿਊਟੀ ਤੋ ਮੇਰੇ ਕੋ ਇੱਕ ਲੜਕੇ ਨੇ, ਉਸ ਸਮੇਂ ਜਾਣਤੀ ਵੀ ਨਹੀਂ ਥੀ, ਉਹ ਵੀ ਮੁਝੇ ਨਹੀਂ ਜਾਣਦਾ ਥਾ, ਪਤਾ ਨਾ ਕਿਆ ਮੇਰੇ ਸਰੀਰ ਪਰ ਡਾਲਾ ਇੱਕ ਇਤਨਾ ਸਾ ਛੋਟਾ ਟੌਫੀ ਕੀ ਤਰ੍ਹਾਂ ਦੀਆ, ਮੇਰੀ ਆਂਖ ਸੇ ਦਿਖਾਈ ਨਹੀਂ ਪੜੀ, ਪਤਾ ਨਾ ਕਬ ਲੈ ਕਰ ਆਇਆ, ਕੈਸੇ ਲੈ ਕਰ ਆਇਆ, ਉਧਰ ਮਨੋਲੀ ਸਾਈਡ ਮੇਰੇ ਕੋ ਟ੍ਰੇਨ ਕੇ ਪਟੜੀ ਪੇ ਸੁਲਾ ਦਿਆ ਥਾ। ਲੜਕਾ ਕੌਣ ਥਾ? ਵੋ ਪਤਾ ਨਹੀਂ। ਤੁਹਾਡਾ ਨਾਮ ਕਿਆ ਹੈ? ਪ੍ਰਤਿਭਾ। ਤੁਹਾਡੇ ਪਿਤਾ ਕਾ ਨਾਮ ਕਿਆ? ਜਿਤੇਂਦਰ ਪਾਸਵਾਨ। ਕਹਾਂ ਪੇ ਰਹਤੇ ਹੋ? ਖੇੜਾ। ਕੈਸੇ ਹੋਇਆ ਐਕਸੀਡੈਂਟ? ਕੈਸੇ ਹਮ ਜਾਣਤੇ ਹੀ ਨਹੀਂ, ਸਾਨੂੰ ਤਾਂ ਡਿੱਗੀ ਗਏ ਥੇ, ਕੈਸੇ ਹੋਇਆ ਕੈਸੇ ਨਹੀਂ ਹਮ ਜਾਣਤੇ ਹੀ ਨਹੀਂ, ਹਮ ਤਾਂ ਕੰਪਨੀ ਗਏ ਥੇ। ਆ ਲਾਓ ਦਾ ਜੀ ਗੁਰਗੋਲ ਲਾਓ। ਕੈਸਾ ਬਾਤ ਮੱਖੀ ਜੀ ਸਰ? ਇਹ ਸਰ ਸਾਡੇ ਕੋਲ ਕੋਈ 1.5 ਘੰਟਾ ਫਿਰ ਪਹਿਲਾਂ 1.5 ਘੰਟਾ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਤੇ ਸੜਕ ਸੁਰੱਖਿਆ ਫੋਰਸ ਵਾਲੇ ਜਿਹੜੇ ਨੇ ਉਹ ਲੈ ਕੇ ਆਏ ਸੀ ਤੇ ਉਹਨਾਂ ਨੂੰ ਦੱਸਿਆ ਵੀ ਰੇਲਵੇ ਟਰੈਕ 'ਤੇ ਐਕਸੀਡੈਂਟ ਹੋਇਆ ਅਤੇ ਜਾ ਕੇ ਵੇਖਿਆ ਜਦੋਂ ਤੇ ਦੋਹੇ ਲੱਤਾਂ ਵੱਡੀਆਂ ਹੋਈਆਂ ਸੀ, ਲੱਤਾਂ ਦਾ ਡੈਮੇਜ ਕੁਛ ਜ਼ਿਆਦਾ ਸੀਗਾ, ਸੋ ਇਸ ਲਈ ਉਹਨਾਂ ਨੂੰ ਬੇਸਿਸ 'ਤੇ PGI ਰੈਫਰ ਕਰ ਰਹੇ ਹਾਂ। ਫਸਟ ਏਡ ਅਸੀਂ ਦੇਤੀ ਸੀ, ਸੂਚਰਿੰਗ ਜਿੰਨੀ ਹੋ ਸਕਦੀ ਕੀਤੀ ਜਾ ਸਕਦੀ, ਪਰ ਇਹਦੀ ਖੱਬੀ ਲੱਤ ਦਾ ਕੰਮ ਕਾਫੀ ਖਰਾਬ ਹੈ, ਸੱਜੀ ਲੱਤ ਥੱਲੇ ਵੀ ਬਚ ਸਕਦੀ ਹੈ, ਪਰ ਇਹ ਹੁਣ ਵੀ ਦੇਖੋ 2 ਘੰਟੇ ਲੇਟ ਜਾ ਰਹੇ ਨੇ। ਅਸੀਂ ਕਦੋਂ ਦਾ ਰੈਫਰ ਕੀਤਾ ਹੈ? ਹਾਂਜੀ, ਕਿੱਥੇ ਰੈਫਰ ਕੀਤਾ ਜੀ? ਇਹ PGI ਰੈਫਰ ਕੀਤਾ ਗਿਆ। ਐਕਸੀਡੈਂਟ ਹੋਇਆ ਕਾਹਦੇ ਨਾਲ? ਇਹ ਸਰ ਜੋ ਪੇਸ਼ੈਂਟ ਦੱਸ ਰਿਹਾ ਵੀ ਟ੍ਰੇਨ ਥੱਲੇ ਆਈ ਹੈ ਜੀ, ਠੀਕ ਹੈ, ਬਸ ਆਹੀ ਗੱਲ ਹੈ ਸਰ। ਲੜਕੀ ਦਾ ਕਿਹੜੀ ਜਗ੍ਹਾ ਹੋਇਆ? ਹਿਮਾਚਲ ਮੇਂ ਮਾਨਪੁਰਾ ਡਿਊਟੀ ਕਰਤੀ ਥੀ, ਇਹ ਮਾਨਪੁਰਾ ਡਿਊਟੀ ਕੇ ਲਿਏ ਨਿਕਲੀ ਸੁਬਹ, ਔਰ ਖੇੜੇ ਸੇ ਅਬ ਕੈਸੇ ਰੋਪੜ ਆਈ, ਕੌਣ ਲੜਕਾ ਲੈ ਕੇ ਆਇਆ, ਇਸਕੋ ਤਾਂ ਮੇਰੇ ਕੋ ਪਤਾ ਨਹੀਂ ਹੈ ਜੀ, ਅਬ ਉਸਕੀ ਇਨਕੁਆਰੀ ਹੋਗੀ ਤਭੀ ਪਤਾ ਲੱਗੇਗਾ ਕਿ ਕੌਣ ਲੜਕਾ ਲੈ ਕੇ ਆਇਆ। ਇਸਕਾ ਨਾਮ ਥਾ, ਕੌਣ ਸੀ ਕੰਪਨੀ ਮੇਂ ਕਾਮ ਕਰਤਾ? ਕੰਪਨੀ ਕਾ ਨਾਮ ਤਾਂ ਮੁਝੇ ਪਤਾ ਨਹੀਂ ਹੈ ਜੀ, ਇਸਕਾ ਨਾਮ ਪ੍ਰਤਿਭਾ ਹੈ, ਹਿਮਾਚਲ ਖੇੜਾ ਖੇੜਾ ਮੇਂ ਰਹਤੀ ਥੀ। ਆਪ ਕੌਣ ਲਗਤੇ ਹੋ? ਮੈਂ ਤਾਂ ਇੱਕ ਪੜੋਸੀ ਹੋ ਜੀ। ਮੈਂ ਤਾਂ ਸੁਣ, ਆਪਕਾ ਨਾਮ ਕਿਆ ਹੈ? ਮੇਰਾ ਨਾਮ ਰਾਮ ਸਮਝ ਹੈ ਜੀ।